ਹੁਣ ਮੈਂ ਤੀਜੀ ਸਪਰੇ ਜੋ ਕਰੂੰਗਾ ਉਹ ਵੀ ਮੈਂ 10-12 ਦਿਨਾਂ ਬਾਅਦ ਕਰੂੰਗਾ ਤੇ ਉਹਦੇ ਵਿੱਚ ਜੋ ਟੈਕਨੀਕਲ ਲਾਊਗਾ ਉਹਦਾ ਕੀ ਰਿਜ਼ਲਟ ਮਿਲਿਆ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰੂੰਗਾ ਘਬਰਾਉਣਾ ਨਹੀਂ ਦੋਸਤੋ ਆਪਾਂ ਸੁੰਡੀ ਨੂੰ ਸਿਰਫ ਟਿੰਡੇ ਵਿੱਚ ਨਹੀਂ ਜਾਣ ਦੇਣੀ ਫੁੱਲਾਂ 'ਚ ਕਿ ਨਹੀਂ ਮਰਦੀ ਦੀ ਸੀ ਜਾਵੇ ਆਪਾਂ ਫੁੱਲਾਂ 'ਚ ਹੀ ਮਾਰਨੀ ਆ ਜਦੋਂ ਇਹ ਟਿੰਡੇ 'ਚ ਜਾਵੜੀ ਫੇਰ ਤਾਂ ਕੋਈ ਫਾਇਦਾ ਨਹੀਂਗਾ ਫੇਰ ਹਥਿਆਰ ਸੁੱਟ ਦਿਓ ਕਿਉਂਕਿ ਜਦੋਂ ਟਿੰਡੇ 'ਚ ਜਾਵੜੀ ਫੇਰ ਤੇਨੇ ਆਪਦਾ ਕੰਮ ਕਰਤਾ ਜੇਕਰ ਫੁੱਲਾਂ 'ਚ ਆ ਤਾਂ ਫੁੱਲਾਂ 'ਚ ਹੀ ਆਪਾਂ ਕੰਟਰੋਲ ਕਰਨੀ ਆ ਤਾਂ ਦੋਸਤੋ ਇੰਨਾ ਕੁ ਧਿਆਨ ਰੱਖਣਾ ਆਪਾਂ ਬਾਕੀ ਹੁਣ ਦੋ ਇਜਾਜ਼ਤ ਧੰਨਵਾਦ ਦੋਸਤੋ